ਹਾਂਜੀ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਮੈਂ ਕਲਾਸ 11 ਦਾ ਸਬਜੈਕਟ ਹਿਸਟਰੀ ਦਾ ਜਿਹੜਾ ਕਿ ਮੋਡਲ ਟੈਸਟ ਪੇਪਰ ਕਰਵਾ ਰਹੀ ਹਾਂ ਰਿਵੀਜ਼ਨ ਟੈਸਟ ਪੇਪਰ ਤਾਂ ਕਿ ਤੁਸੀਂ ਜਿਹੜਾ ਕਿ ਪ੍ਰੀ ਬੋਰਡ ਦੀ ਵਧੀਆ ਤਿਆਰੀ ਕਰ ਸਕੋ ਇਹਦੇ ਵਿੱਚ ਵੀ ਅਨਸਰਸ ਕਰਵਾ ਰਹੀ ਹਾਂ ਮੈਂ ਸ਼ਾਰਟ ਕੁਐਸ਼ਨਸ ਦੇ ਫਰਸਟ ਕੁਐਸ਼ਨ ਹੈ ਆਰਿਆ ਦਾ ਸਭ ਤੋਂ ਪੁਰਾਣਾ ਗ੍ਰੰਥ ਕਿਹੜਾ ਹੈ ਤਾਂ ਇਹਦਾ ਅਨਸਰ ਹੈ ਆਰਿਆ ਦਾ ਸਭ ਤੋਂ ਪੁਰਾਣਾ ਗ੍ਰੰਥ ਰਿਗਵੇਦ ਉਹ ਹੈ ਇਹਦਾ ਅਨਸਰ ਆ सैकेंड हड़प्पा केड़ी नदी पर स्थित है तो हड़प्पा जड़े कि नदी स्थित है यदा आंसर है रावी नदी पर नदी पर मोहिंजोदड़ो तो रावी नदी के स्थित है हड़प्पा नैक्सट थर्ड क्वेश्चन कोटला है कि कोटला निहखा है यदा आंसर है रोपड़ के नेे थर्ड क्वेश्चन का आंसर है रोपड़ ਨੈਕਸਟ ਕੋਸ 4ਥ ਕੁਐਸਚਨ ਉਪਨਿਸ਼ਦਾਂ ਦੀ ਕੁੱਲ ਗਿਣਤੀ ਹੈ ਤਾਂ ਉਪਨਿਸ਼ਦਾਂ ਦੀ ਕੁੱਲ ਗਿਣਤੀ ਕਿੰਨੀ ਆ 108 ਊਡਾ ਆਨਸਰ ਹੈ ਉਪਨਿਸ਼ਦਾਂ ਦੀ ਕੁੱਲ ਗਿਣਤੀ ਹੈ 108 ਨੈਕਸਟ 5ਥ ਕੁਐਸਚਨ ਇਲਤਮਿਸ਼ ਦਾ ਪੂਰਾ ਨਾਮ ਕੀ ਹੈ ਤਾਂ ਇਲਤਮਿਸ਼ ਦਾ ਪੂਰਾ ਨਾਮ ਸੀ ਸ਼ੁਮਸ਼ ਉਦਦੀਨ ਨੈਕਸਟ 6ਥ ਕੁਐਸਚਨ ਲੋਥਲ ਕਿੱਥੇ ਸਥਿਤ ਹੈ ਤਾਂ ਲੋਥੜਾ ਗੁਜਰਾਤ ਚ ਐਡ ਆਨਸਰ 6ਥ ਕੁਐਸਚਨ ਦਾ ਨੈਕਸਟ ਕੁਐਸਚਨ ਨੰਬਰ 7 ਹਰਸ਼ਵਰਧਨ ਨੇ ਕਿਸ ਸਥਾਨ ਨੂੰ ਆਪਣੀ ਰਾਜਧਾਨੀ ਬਣਾਇਆ ਤਾਂ ਹਰਸ਼ਵਰਧਨ ਨੇ ਆਪਣੀ ਰਾਜਧਾਨੀ ਬਣਾਈ ਸੀ ਕਨੋਜ ਨੂੰ ਊਡ ਆਨਸਰ ਹੈ 7ਥ ਕੁਐਸਚਨ ਦਾ ਕਨੋਜ ਨੈਕਸਟ ਕੁਐਸਚਨ ਨੰਬਰ 8 ਰਾਜਪੂਤ ਕਿਸ ਧਰਮ ਵਿੱਚ ਯਕੀਨ ਰੱਖਦੇ ਸਨ ਤਾਂ ਰਾਜਪੂਤਾਂ ਜਿਹੜੇ ਕੀ Hindu ਧਰਮ ਦੇ ਵਿੱਚ ਯਕੀਨ ਰੱਖਦੇ ਸਨ ਊਡ ਆਨਸਰ ਕਵੈਸਚਨ ਨੰਬਰ 9 ਸਿਕੰਦਰ ਨੇ ਭਾਰਤ ਤੇ ਕਦੋਂ ਹਮਲਾ ਕੀਤਾ ਤਾਂ ਸਿਕੰਦਰ ਨੇ ਭਾਰਤ ਤੇ ਹਮਲਾ ਕੀਤਾ ਸੀ 326 ਇਸਵੀ ਪੂਰਬ ਦੇ ਵਿੱਚ ਈਡੀ ਅਨਸਰ ਕਵੈਸਚਨ ਨੰਬਰ 9 ਅਨਸਰ 326 ਇਸਵੀ ਪੂਰਬ ਕਵੈਸਚਨ ਨੰਬਰ 10 ਹਰਸ਼ਵਰਧਨ ਦੇ ਸਮੇਂ ਕਿਹੜਾ ਵਿਸ਼ਵ ਵਿਦਿਆਲਾ ਵਿਸ਼ਵ ਪ੍ਰਸਿੱਧ ਸੀ ਤਾਂ ਹਰਸ਼ਵਰਧਨ ਦੇ ਸਮੇਂ ਵਿਸ਼ਵ ਵਿਦਿਆਲਾ ਪ੍ਰਸਿੱਧ ਸੀ ਅਨਸਰ ਸਸਾ ਨਲੰਦਾ ਨਲੰਦਾ ਵਿਸ਼ਵ ਵਿਦਿਆਲਾ ਪ੍ਰਸਿੱਧ ਸੀ ਕਵੈਸਚਨ ਨੰਬਰ 11 ਪਿਰਥਵੀ ਰਾਜ ਰਾਸੋ ਦਾ ਲੇਖਕ ਕੌਣ ਸੀ ਤਾਂ ਪਿਥੀਵਿਰਾਜ ਰਸੋ ਦਾ ਲੇਖਕ ਸੀ ਚਾਂਦ ਵਰਦੇਈ ਈਡੀ ਆਨਸਰ ਨੈਕਸਟ ਕੁਐਸਚਨ ਨੰਬਰ 12 ਨਵਾਜ਼ ਹਰ ਰੋਜ਼ ਕਿੰਨੀ ਵਾਰ ਪੜ੍ਹੀ ਜਾਂਦੀ ਹੈ ਤਾਂ ਇਹਦਾ ਆਨਸਰ ਸ ਸ ਪੰਜ ਵਾਰ ਨੈਕਸਟ ਕੁਐਸਚਨ ਨੰਬਰ 13 ਮੀਰਾबाई ਕਿਸ ਦੀ ਉਰੈਈ ਸੀ ਤਾਂ ਇਹਦੇ ਵਿੱਚ ਆਨਸਰ ਆਊਗਾ ਜੈਦੇਵ ਕਿਉਂਕਿ ਜੈਦੇਵ ਸ਼੍ਰੀ ਕ੍ਰਿਸ਼ਨ ਦਾ ਭਗਤ ਸੀ ਸ਼੍ਰੀ ਕ੍ਰਿਸ਼ਨ ਨੂੰ ਮੰਨਦੇ ਸੀ ਤੇ ਮੀਰਾ ਵਾਈ ਵੀ ਸ਼੍ਰੀ ਕ੍ਰਿਸ਼ਨ ਨੂੰ ਮੰਨਦੇ ਸੀ ਕੁਐਸਚਨ ਨੰਬਰ 14 ਮਹਾਰਾਜਾ ਰਣਜੀਤ ਸਿੰਘ ਦੀ ਰਾਜਧਾਨੀ ਦਾ ਨਾਮ ਕੀ ਸੀ ਤਾਂ ਆਨਸਰ ਹੈ ਲਾਹੌਰ ਮਹਾਰਾਜਾ ਰਣਜੀਤ ਸਿੰਘ ਦੀ ਰਾਜਧਾਨੀ ਦਾ ਨਾਮ ਸੀ ਲਾਹੌਰ ਕੁਐਸਚਨ ਨੰਬਰ 15 ਮਸੰਦ ਪ੍ਰਥਾ ਨੂੰ ਕਿਸ ਨੇ ਖਤਮ ਕੀਤਾ ਤਾਂ ਮਸੰਦ ਪ੍ਰਥਾ ਨੂੰ ਜਿਹੜੇ ਕੀ ਖਤਮ ਕੀਤਾ ਸੀ ਇਸ ਦਾ ਆਨਸਰ ਹੈ ਤਾਂ ਮਸੰਦ ਪ੍ਰਥਾ ਨੂੰ ਜਿਹੜੇ ਕਿ ਖਤਮ ਕੀਤਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨਸਰ ਆ ਫੋਰਥ ਸਸਾ ਤੇ ਮਸੰਦ ਪ੍ਰਥਾ ਦੀ ਸ਼ੁਰੂਆਤ ਆ ਜਿਹੜੀ ਕਿ ਸ੍ਰੀ ਗੁਰੂ ਰਾਮਦਾਸ ਜੀ ਨੇ ਕੀਤੀ ਸੀ ਤੇ ਇਹਦਾ ਸਭ ਤੋਂ ਵੱਧ ਵਿਕਾਸ ਗੁਰੂ ਅਰਜਨ ਦੇਵ ਜੀ ਦੇ ਸਮੇਂ ਹੋਇਆ ਤੇ ਮਸੰਦ ਪ੍ਰਥਾ ਦਾ ਖਾਤਮਾ ਜਿਹੜੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਕਿਉਂਕਿ ਉਸ ਟਾਈਮ ਜਿਹੜੇ ਕਿ ਮਸੰਦ ਪ੍ਰਿਸ਼ਟਾਚਾਰ ਹੋ ਚੁੱਕੇ ਸੀ ਕੁਐਸਚਨ ਨੰਬਰ 16 ਆਦ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ ਤਾਂ ਆਦ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਕਿ 6 ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਹੈ। ਨੈਕਸਟ ਕੁਐਸਚਨ ਅਕਬਰ ਸਮੇਂ ਕੁੱਲ ਪ੍ਰਾਂਤਾਂ ਦੀ ਗਿਣਤੀ ਕਿੰਨੀ ਸੀ? ਤਾਂ ਅਕਬਰ ਦੇ ਸਮੇਂ ਜਿਹੜੇ ਕਿ ਪ੍ਰਾਂਤਾਂ ਦੀ ਸਟੇਟਾਂ ਦੀ ਗਿਣਤੀ ਸੀ ਇਹਦਾ ਆਨਸਰ ਹੈ 15 15। ਨੈਕਸਟ ਕੁਐਸਚਨ ਲਾਲ ਕਿਲਾ ਕਿਸ ਨੇ ਬਣਵਾਇਆ ਸੀ? ਤਾਂ ਲਾਲ ਕਿਲਾ ਬਣਵਾਇਆ ਸੀ ਇਹਦਾ ਅਨਸਰ ਆ ਸ਼ਾਹ ਜਹਾਂ ਨੇ ਲਾਲ ਕਿਲਾ ਬਣਵਾਇਆ ਸੀ ਸ਼ਾਹ ਜਹਾਂ ਨੇ ਅਨਸਰ ਆ ਐਡਾ ਤੇ ਲਾਲ ਕਿਲਾ ਜਿਹੜਾ ਕਿ ਦਿੱਲੀ ਦੇ ਵਿੱਚ ਆ ਤੇ ਇਹਦੇ ਵਿੱਚ ਜਿਹੜੇ ਕਿ ਲਾਲ ਉਹਨਾਂ ਦੀ ਵਰਤੋਂ ਕੀਤੀ ਗਏ ਪੱਥਰਾਂ ਨਾਲ 60 19 ਕੁਐਸਚਨ ਨੰਬਰ ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ ਤਾਂ ਪਾਣੀਪਤ ਦੀ ਪਹਿਲੀ ਲੜਾਈ ਹੋਈ ਸੀ 1526 ਈਸਵੀ ਦੇ ਵਿੱਚ 21 April 1526 ਈਸਵੀ ਦੇ ਵਿੱਚ ਪਾਣੀਪਤ ਦੀ ਪਹਿਲੀ ਲੜਾਈ ਹੋਈ ਬਾਬਰ ਅਤੇ ਇਬਰਾਹਿਮ ਲੋਧੀ ਦੇ ਵਿਚਕਾਰ ਜਿਸ ਵਿੱਚ ਜਿਹੜੇ ਕਿ ਬਾਬਰ ਜੇਤੂ ਰਹਾ ਤੇ ਇਬਰਾਹਿਮ ਲੋਧੀ ਹਾਰ ਗਿਆ ਸੀ ਨੈਕਸਟ ਕੁਐਸਚਨ ਮੈਸੂਰ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਕੌਣ ਸੀ ਤਾਂ ਮੈਸੂਰ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਸੀ ਟਿੱਪੂ ਸੁਲਤਾਨ ਸਹੀ ਸਾਂਸਰ ਕੁਐਸਚਨ ਨੰਬਰ 20 ਦਾ ਆਨਸਰ ਸਸਾ ਟਿੱਪੂ ਸੁਲਤਾਨ ਤੀਪੂ ਸੁਲਤਾਨਾ ਜਿਹੜੇ ਕਿ ਮੈਸੂਰ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਸੀ ਤੇ ਤੀਪੂ ਸੁਲਤਾਨ ਤੋਂ ਪਹਿਲਾਂ ਸੀ ਹੈਦਰ ਅਲੀ ਨੈਕਸਟ ਅੱਗੇ ਸਹੀ ਗਲਤ ਨੇ ਫਸਟ ਆ ਹੜੱਪਾ ਦੀ ਖੋਜ 1921 ਈਸਵੀ ਦੇ ਵਿੱਚ ਹੋਈ ਤਾਂ ਇਹ ਆ ਸਹੀ ਹੈ ਇਹ ਚ ਟ੍ਰੂ ਫਾਲਸ ਦੱਸਨੇ ਨੇ ਇਹ கரੈਕਟ ਆ ਟ੍ਰੂ ਆ ਹੈ ਸੈਕਿੰਡ ਆ ਮਹਾਤਮਾ ਬੁੱਧ ਦੇ ਬਚਪਨ ਦਾ ਨਾਂ ਰਾਹੁਲ ਸੀ ਤਾਂ ਮਹਾਤਮਾ ਬੁੱਧ ਦਾ ਬਚਪਨ ਦਾ ਨਾਂ ਜਿਹੜਾ ਕਿ ਰਾਹੁਲ ਨਹੀਂ ਸੀ ਤਾਂ ਇਹ ਗਲਤ ਹੈ 3rd ਕੁਐਸਚਨ ਮਹਾਰਾਜ ਰਣਜੀਤ ਸਿੰਘ ਦਾ ਜਨਮ 1780 ਈਸਵੀ ਨੂੰ ਹੋਇਆ ਤਾਂ ਇਹ ਸਹੀ ਹੈ ਠੀਕ ਹੈ 4th ਕਰਤਾਰਪੁਰ ਰਾਵੀ ਨਦੀ ਦੇ ਕਿਨਾਰੇ ਸਥਿਤ ਹੈ ਤਾਂ ਇਹ ਵੀ ਸਹੀ ਹੈ ਨੈਕਸਟ ਆ ਵਾਸਕੋ ਡੀ ਗਾਮਾ 1498 ਈਸਵੀ ਦੇ ਵਿੱਚ ਭਾਰਤ ਆਇਆ ਤਾਂ ਇਹ ਵੀ ਠੀਕ ਹੈ ਜਿਹਨੇ ਡਰੋ ਫਾਲਸ ਨੈਕਸਟ ਅਗੇ ਨੇ ਖਾਲਿਸਤਾਨ 6th ਦਾ ਸਮੁੰਦਰ ਗੁਪਤ ਨੂੰ ਭਾਰਤ ਦਾ ਡੈਸ਼ ਕਿਹਾ ਜਾਂਦਾ ਹੈ ਤਾਂ ਇੱਥੇ ਫਿਲ ਹੋਊਗਾ ਸਮੁੰਦਰ ਗੁਪਤ ਨੂੰ ਭਾਰਤ ਦਾ ਨੈਪੋਲੀਅਨ ਕਿਹਾ ਜਾਂਦਾ ਹੈ ਸਮੁੰਦਰ ਗੁਪਤ ਨੂੰ ਭਾਰਤ ਦਾ ਨੈਪੋਲੀਅਨ ਕਿਹਾ ਜਾਂਦਾ ਹੈ ਨੈਕਸਟ ਹੈ 7th ਮਹਾਰਾਜਾ ਰਣਜੀਤ ਸਿੰਘ ਦੇ ਬਚਪਨ ਦਾ ਨਾਂ ਡੈਸ਼ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਕਿ ਬਚਪਨ ਦਾ ਨਾਂ ਸੀ ਬੁੱਧ ਸਿੰਘ ਤਾਂ ਇੱਥੇ ਆਊਗਾ ਬੁੱਧ ਸਿੰਘ ਮਹਾਰਾਜ ਰਣਜੀਤ ਸਿੰਘ ਦਾ ਜਿਹੜਾ ਕਿ ਬਚਪਨ ਦਾ ਨਾਂ ਸੀ ਬੁੱਧ ਸਿੰਘ ਨੈਕਸਟ ਹੈ ਮਹਾਭਾਰਤ ਦੀ ਰਚਨਾ ਡੈਸ਼ ਨੇ ਕੀਤੀ ਸੀ ਤਾਂ ਮਹਾਭਾਰਤ ਦੀ ਰਚਨਾ ਜਿਹੜੀ ਕਿ ਵੇਦ ਵ્યાਸ ਨੇ ਕੀਤੀ ਸੀ ਮਹਾਭਾਰਤ ਦੀ ਰਚਨਾ ઋષਿ ਵੇਦਵਿਆਸ ਨੇ ਕੀਤੀ ਸੀ ਨੈਕਸਟ ਮੈਗਸਥੀਨ ਡੈਸ਼ ਸੀ ਤਾਂ ਮੈਗਸਥੀਨ ਸੀ ਇੱਕ ਜਨਾਨੀ ਮੈਗਸਥੀਨ ਇੱਕ ਜਿਹੜਾ ਕਿ ਜਨਾਨ ਦਾ ਵਾਸੀ ਸੀ ਜਿਸ ਨੂੰ ਜਨਾਨੀ ਸ਼ਾਸਕ ਸੈਲਿਪਸ ਨੇ ਜਿਹੜਾ ਕਿ ਰਾਜਦੂਤ ਬਣਾ ਕੇ ਚੰਦਰਗੁਪਤ ਮੌਰੀਆ ਦੇ ਦਰਬਾਰ ਦੇ ਵਿੱਚ ਭੇਜਿਆ ਸੀ ਤੇ ਮੈਗਸਥੀਨ ਨੇ ਇੰਡੀਕਾ ਨਾਂ ਦੀ ਪੁਸਤਕ ਦੀ ਰਚਨਾ ਕੀਤੀ ਸੀ ਨੈਕਸਟ ਜਹਾਂਗੀਰ ਦੀ ਆਤਮ ਕਥਾ ਦਾ ਨਾਮ ਡੈਸ਼ ਹੈ ਤਾਂ ਜਹਾਂਗੀਰ ਦੀ ਆਤਮ ਕਥਾ ਦਾ ਨਾਮ ਹੈ ਤੁਜ ਕੇ ਜਹਾਂਗੀਰ ਤੁਜ ਤੁਜ ਕੇ ਇਹ ਜਹਾਂਗੀਰ ਜਿਹੜੀ ਕਿ ਇਹ ਜਹਾਂਗੀਰ ਦੀ ਆਤਮ ਕਥਾ ਜਹਾਂਗੀਰ ਇਹ ਜਿਹੜੇ ਕਿ ਜਹਾਗੀਰ ਦੀ ਆਤਮਕਥਾ ਹੈ ਇਹ ਸੀ ਖਾਲਿਸਤਾਨ ਨੈਕਸਟ ਸਟੂਡੈਂਟਸ ਜਿਹੜੇ ਕਿ ਤੁਹਾਨੂੰ 8 ਕੁਐਸਚਨਸ ਆਉਣਗੇ 8 ਕੁਐਸਚਨਸ ਦੇ ਵਿੱਚ ਤੁਸੀਂ ਐਨੀ 5 ਅਟੈਂਪਟ ਕਰਨੇ ਨੇ ਆਨਸਰ ਦੇਣ ਦੇ ਲਈ ਤੇ ਈਚ ਕੁਐਸਚਨ ਜਿਹੜੇ ਕਿ 3 ਮਾਰਕਸ ਦਾ ਹੋਊਗਾ ਜਿਵੇਂ ਕਿ ਇਸ ਟੈਸਟ ਪੇਪਰ ਦੇ ਵਿੱਚ ਕੁਐਸਚਨ ਦਿੱਤੇ ਹੋਏ ਨੇ ਫਸਟਾ ਸਿੰਧ ਘਾਟ ਦੇ ਲੋਕ ਲੋਕ ਆਪਣਾ ਮਨੋਰੰਜਨ ਕਿਵੇਂ ਕਰਦੇ ਸਨ ਸਕਿੰਡਾ ਆਰੀਆ ਸਭਿਅਤਾ ਦੀ ਭਾਰਤੀ ਸਮਾਜ ਨੂੰ ਕੀ ਦੇਣ ਹੈ 3 ਸਮੁੰਦਰ ਗੁਪਤ ਨੂੰ ਭਾਰਤ ਦਾ ਨਪੋਲੀਅਨ ਕਿਉਂ ਕਿਹਾ ਜਾਂਦਾ ਹੈ 4 ਮਹਾਤਮਾ ਬੁੱਧ ਦੀਆਂ ਸਿੱਖਿਆਵਾਂ ਤੇ ਨੋਟ ਲਿਖੋ 5 ਪਲਾਸੀ ਦੀ ਲੜਾਈ ਦੇ ਕੀ ਕਾਰਨ ਸਨ 6 ਬੰਦਾ ਵੈਰਾਗੀ ਕੌਣ ਸੀ ਤੇ ਉਹ ਸਿੱਖ ਕਿਵੇਂ ਬਣਿਆ 7 ਲੈਫਟ ਦੀ ਨੀਤੀ ਕੀ ਸੀ 8 ਸ਼ਿਵਾਜੀ ਤੇ ਇੱਕ ਨੋਟ ਲਿਖੋ ਤੇ ਉਸ ਤੋਂ ਅੱਗੇ ਭਾਗ ਸੱਤੇ ਦੇ ਵਿੱਚ ਜਿਹੜੇ ਕਿ ਪੈਰਿਆਂ ਦੇ ਵਿੱਚੋਂ ਆਨਸਰ ਫਾਈਂਡ ਕਰਨੇ ਨੇ ਤੇ ਹਰ ਇੱਕ ਕੁਐਸਚਨ ਜਿਹੜੇ ਕਿ 1 ਮਾਰਕਸ ਦਾ ਹੋਊਗਾ ਇਹ ਦੋ ਪੈਰੇ ਦਿੱਤੇ ਹੋਣਗੇ ਮੀਨਸ ਜਿਹੜੇ ਕਿ ਇਹ ਭਾਗ ਸ 10 ਮਾਰਕਸ ਦਾ ਟੋਟਲ ਨੈਕਸਟ ਭਾਗ ਹ ਦੇ ਵਿੱਚੋਂ ਜਿਹੜੇ ਕਿ 4 ਕੁਐਸਚਨ ਦਿੱਤੇ ਹੋਣੇ 4 ਦੇ ਵਿੱਚੋਂ 2 ਅਟੈਂਪਟ ਕਰਨੇ ਨੇ ਤੇ ਈਜ਼ ਕੁਐਸਚਨ ਆ ਜਿਹੜੇ ਕਿ 5 ਮਾਰਕਸ ਦਾ ਜਿਵੇਂ ਕੁਐਸਚਨ ਇਹਦੇ ਵਿੱਚ ਮਹਾਤਮਾ ਬੁੱਧਿਆ ਦੀ ਸਿੱਖਿਆਵਾਂ ਤੇ ਨੋਟ ਲਿਖੋ ਸੈਕੰਡ ਸਿੰਧ ਘਾਟੀ ਦੇ ਪੱਤਨ ਦੇ ਕੀ ਕਾਰਨ ਸਨ 3rd ਪਕਤੀ ਲਹਿਰ ਦੇ ਵਿਸ਼ੇਸ਼ਤਾਵਾਂ ਲਿਖੋ 4th ਹੈ ਗੁਰੂ ਨਾਨਕ ਦੇਵ ਜੀ ਨੇ ਸਿੱਖਿਆਵਾਂ ਬਾਰੇ ਤੁਸੀਂ ਕੀ ਜਾਂਦੇ ਇਹਨਾਂ ਦੇ ਵਿੱਚੋਂ ਕੋਈ ਵੀ ਜਿਹੜੇ ਕੀ ਦੋ ਤੁਸੀਂ ਅਟੈਂਪਟ ਕਰਨੇ ਨੇ ਤੇ ਪਾਰਕ ਕੇ ਦੇ ਵਿੱਚ ਜਿਹੜੇ ਕੀ ਮੈਪ ਆਉਂਦਾ ਤੇ ਮੈਪ ਦੇ ਵਿੱਚੋਂ ਜਿਹੜੇ ਕੀ 10 ਮਾਰਕਸ ਮੈਪ ਨੂੰ ਫਿਲ ਕਰਨ ਦੇ ਨੇ ਸਥਾਨ ਦਰਸਾਉਣ ਦੇ ਤੇ 5 ਮਾਰਕਸ ਨੂੰ ਐਕਸਪਲੇਨ ਐਕਸਪਲੇਨੇਸ਼ਨ ਦੇਣ ਦੇ